ਕਾਲ ਜੀ ਸਾਰਿਆਂ ਨੂੰ, ਤੁਸੀਂ ਸਾਰੇ ਦੁਨੀਆ ਦੇ ਚੈਨਲਾਂ ਦੀਆਂ ਬਹੁਤ ਸਾਰੀਆਂ ਚੁਗਲੀਆਂ ਸੁਣ ਕੇ ਅੱਕ ਚੁੱਕੇ ਹੋਵੋਗੇ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਦੁਨੀਆ ਦੇ ਸਭ ਤੋਂ ਵੱਡੇ ਚੁਗਲਖੋਰ ਚੈਨਲ, ਜਿਹਦੇ ਬਹੁਤ ਚੁਗਲੀਆਂ ਚੱਲਦੀਆਂ ਨੇ ਕਲਾਕਾਰਾਂ ਦੀਆਂ, ਰਾਜਨੀਤੀਆਂ ਦੀਆਂ, ਉੱਥੇ ਤੁਹਾਨੂੰ ਲੈ ਕੇ ਚੱਲਦੇ ਹਾਂ ਸਾਡੇ ਵਾਲੇ ਚੈਨਲ 'ਤੇ। ਅਤੇ ਅਸੀਂ ਅੱਜ ਪੰਜਾਬ ਦੀ ਜਵਾਨੀ ਤੋਂ ਪੁੱਛਾਂਗੇ ਵੀ ਵੋਟਾਂ ਦਾ ਕੀ ਰੁਝਾਨ ਹੈ, ਤੁਹਾਨੂੰ ਦੱਸਦੇ ਹਾਂ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਕਿਹੜਾ ਗਾਣਾ ਸੁਣ ਰਹੇ ਸੀ? ਨਹੀਂ, ਮੈਂ ਤਾਂ ਸੈਲਫੀ ਲੈ ਕੇ ਭੇਜ ਰਿਹਾ ਸੀ ਜੀ ਗਰਲਫ੍ਰੈਂਡ। ਅੱਛਾ ਜੀ, ਤੁਸੀਂ ਫਿਰ ਅਸੀਂ ਤੁਹਾਨੂੰ ਵੋਟਾਂ ਬਾਰੇ ਪੁੱਛਣ ਆਏ ਹਾਂ ਜੀ। ਤੁਸੀਂ ਫਿਰ ਮਤਲਬ ਕਿਹਨੂੰ ਤੁਹਾਡਾ ਵੋਟਾਂ 'ਚ ਕੀ ਰੁਝਾਨ ਆ? ਮੈਂ ਕਿਹਾ ਵੀ ਨੌਜਵਾਨਾਂ ਦੇ ਹੱਥ 'ਚ ਹੁੰਦਾ ਦੇਸ਼ ਦਾ ਭਵਿੱਖ, ਜਿਹਨੂੰ ਕਿਹਾ ਜਾਂਦਾ ਸਾਰਾ। ਨਹੀਂ, ਸਾਡੇ ਹੱਥ 'ਚ ਤਾਂ ਕੀ ਹੈ ਜੀ, ਸਾਡੇ ਹੱਥ 'ਚ ਤਾਂ ਆਪਦੇ ਆਧਾਰ ਕਾਰਡ ਨੇ, ਉਹ ਵੀ ਡੈਡੀ ਨੇ ਸਾਂਭੇ ਹੋਏ ਨੇ। ਸਾਡੇ ਹੱਥ 'ਚ ਤਾਂ ਕਹਿੰਦੀ ਘੜੀਆਂ। ਹਾਂਜੀ ਹਾਂਜੀ, ਆਹ ਨਹੀਂ ਜੀ, ਬਸ ਸਾਡੇ ਹੱਥ 'ਚ ਤਾਂ। ਇਹ ਤੁਸੀਂ ਮੈਨੂੰ ਇਹ ਨਹੀਂ ਸਮਝ ਆਉਂਦੀ, ਮੈਂ ਇਹਦੇ ਬਾਰੇ ਪੁੱਛਣਾ, ਮੈਂ ਉੱਥੋਂ ਤੁਹਾਨੂੰ ਨੋਟ ਕਰ ਰਿਹਾ ਸੀ, ਦੇਖ ਰਿਹਾ ਸੀਗਾ, ਇਹ ਜਿਹੜੀ ਤੁਹਾਡੀ ਘੜੀ ਹੈ, ਇਹ ਤੁਸੀਂ ਮਤਲਬ ਕਿੱਥੋਂ ਇਹ ਮਤਲਬ ਲਿਆਂਦੀ ਹੈ? ਤੁਸੀਂ ਬਹੁਤ ਹੈ ਤਾਂ ਪੜ੍ਹੇ ਲਿਖੇ ਲੱਗ ਰਹੇ ਹੋ। ਹਾਂਜੀ ਇਹ, ਹਾਂਜੀ ਪੜ੍ਹਿਆ ਲਿਖਿਆ ਜੀ ਮੈਂ, ਹੈ ਮਹਿੰਗੀ ਹੈ ਜੀ ਘੜੀ, ਇਹ ਬੱਬੂ ਯਾਰਨ ਮੁੱਲੇ ਦੀ ਹੈ ਜੀ, ਮੈਂ ਚੋਰੀ ਕੀਤੀ ਹੈ ਜੀ। ਤੁਸੀਂ ਚੋਰੀਆਂ ਕਰਦੇ ਹੋ ਜੀ ਤੁਸੀਂ ਜਵਾਨੀ? ਦੇਖੋ ਜੀ, ਨੌਕਰੀ ਮਿਲੀ ਸੀ 7,000 ਰੁਪਏ ਤੇ, ਹੁਣ ਇਹ ਘੜੀ ਮੇਰਾ ਸ਼ੌਂਕ ਹੈਗਾ 15,000 ਦਾ। ਅੱਛਾ, ਫਿਰ ਇਦੋਂ ਮੈਨੂੰ ਚੋਰੀਆਂ ਫਾਇਦੇ 'ਚ ਲੱਗੀਆਂ, ਹਫ਼ਤੇ 'ਚ ਇੱਕ ਦਿਨ ਜਾਈਦਾ ਜੀ ਪਾਰ ਲਾ ਕੇ, ਮਨਪਸੰਦ ਦੀ ਚੀਜ਼ ਲਿਆਈਦੀ ਆ ਇਹ ਸਰਕਾਰਾਂ ਦੀ। ਅਗਰ ਤੁਹਾਨੂੰ ਅਸੀਂ ਮਤਲਬ ਤੁਸੀਂ ਜਿਵੇਂ ਕੱਪੜਿਆਂ ਤੁਹਾਨੂੰ ਲੱਗਦਾ, ਤੁਸੀਂ ਕੰਮ ਕਾਰ ਕੀ ਕਰਦੇ ਹੋ? ਮੈਂ ਨੌਕਰੀ ਕਰਦਾ ਜੀ। ਕੀ ਨੌਕਰੀ ਕਰਦੇ ਹੋ ਜੀ? ਆਪਣੀ ਬੇਰੁਜ਼ਗਾਰੀ ਕੰਪਨੀ ਆ ਜੀ, ਉਹ 'ਚ ਕਰਦਾ ਜੀ। ਨਹੀਂ ਵੈਸੇ ਤੁਸੀਂ ਕੀ ਮਤਲਬ ਮੈਂ ਕੀ ਕਰਦੇ ਹੋ? ਵੈਸੇ ਜੀ ਹੁੰਦਾ ਜੀ, ਮੈਂ ਆਪਣੇ ਤਾਇਆ ਜੀ ਦੇ ਮੁੰਡੇ ਨਾਲ ਹੁੰਦਾ ਜੀ। ਅੱਛਾ, ਉਹ ਕੋਈ ਲੀਡਰ ਨੇ ਜੀ ਕਿ ਕੋਈ ਬਿਜ਼ਨਸਮੈਨ ਨੇ? ਨਹੀਂ ਨਹੀਂ ਜੀ, ਉਹ ਵੀ ਵਿਹਲੇ ਨੇ ਜੀ। ਅੱਛਾ, ਵਿਹਲੇ ਹੀ ਨੇ? ਹਾਂਜੀ ਹਾਂਜੀ, ਠੀਕ ਹੈ। ਇਹ ਵੀ ਨੌਕਰੀ ਅੱਜ ਕੱਲ੍ਹ? ਨੌਕਰੀ ਨਹੀਂ ਜੀ, ਇਹ ਤਾਂ ਸਵਾਲ ਤੁਸੀਂ ਪੁੱਛ ਲਿਆ, ਤਾਇਆ ਜੀ ਦੇ ਮੁੰਡੇ ਕੀ ਕਰਦੇ ਨੇ। ਹਾਂਜੀ, 90% ਲੋਕਾਂ ਦੀ ਇੰਨੀ ਸੁਣਤੀ ਨਹੀਂ ਜਾਂਦੀ, ਅਗਲਾ ਕਹਿੰਦਾ ਵੀ ਕੋਈ ਤਕੜਾ ਬੰਦਾ ਹੀ ਹੁੰਦਾ। ਹਾਂਜੀ ਹਾਂਜੀ, ਇਹ ਸੀ ਪੰਜਾਬ ਦੀ ਬੇਰੁਜ਼ਗਾਰ ਜਵਾਨੀ। ਹੁਣ ਸਾਡੇ ਵਾਲੇ ਚੈਨਲ ਵਾਲੇ ਤੁਹਾਨੂੰ ਲੈ ਕੇ ਚੱਲਦੇ ਆ ਆਮ ਨਾਗਰਿਕ ਵੱਲ, ਪਿੰਡਾਂ ਦੇ ਵਿੱਚ ਤੁਹਾਨੂੰ ਪੁੱਛਦੇ ਆ। ਇਹ ਬਾਈ ਬਹੁਤ ਪੜ੍ਹੇ ਲਿਖੇ ਜਿਹੇ ਲੱਗਦੇ ਨੇ, ਇਹ ਦੇਖਦੇ ਆ ਵੀ ਇਹਨਾਂ ਦਾ ਮੈਨੂੰ ਲੱਗਦਾ ਵੀ ਕਲਾ ਨਾਲ ਬਹੁਤ ਪ੍ਰੇਮ ਹੈ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਤੁਹਾਡਾ ਬਾਈ ਜੀ, ਅਸੀਂ ਵੋਟਾਂ ਬਾਰੇ ਥੋੜ੍ਹੇ ਜਿਹਾ ਦੁੱਧ ਲੈਣੇ ਸੀ ਤੁਹਾਡੇ, ਜਿਹੜੇ ਕੀ ਤੁਹਾਡੇ ਰਿਵਿਊ ਨੇ ਉਹਦੇ ਬਾਰੇ, ਤੇ ਮੈਨੂੰ ਤੁਸੀਂ ਪੜ੍ਹੇ ਲਿਖੇ ਲੱਗਦੇ ਹੋ, ਤੁਸੀਂ ਸਾਹਿਤ ਨਾਲ ਸਾਹਿਤ ਦੇ ਪ੍ਰੇਮੀ ਹੋ ਤੁਸੀਂ? ਨਹੀਂ ਨਹੀਂ ਨਹੀਂ, ਪੋਇਟਰੀ ਤੁਸੀਂ ਸੁਣਦੇ ਹੋ ਜਾਂ ਪੜ੍ਹਦੇ ਹੋ? ਉਹ ਨਹੀਂ ਨਹੀਂ ਜੀ, ਇਹ ਇੰਨਾ ਸੀਰੀਅਸ ਨਾ ਲਓ, ਇਹ ਤਾਂ ਗਲਾਸ ਢੱਕਣ ਨੂੰ ਰੱਖੀਆਂ ਹੋਈਆਂ ਨੇ। ਅੱਛਾ, ਬਾਕੀ ਅੱਜ ਕੱਲ੍ਹ ਤੁਹਾਨੂੰ ਵੀ ਪਤਾ ਹੈ ਵੀ ਇਹ ਨਾ ਘਰੇ ਭਾਂਡੇ ਨਾ ਹੋਣ ਨਾ ਹੋਣ, ਕਿਤਾਬਾਂ ਹੋਣੀਆਂ ਜ਼ਰੂਰੀ ਨੇ, ਸਟੇਟਸ ਸਿੰਪਲ ਜਿਹਾ ਬਣ ਗਿਆ ਜੀ, ਵੀ ਘਰੇ ਪਈਆਂ ਰਹਿਣ ਵੀ ਜੇ ਕੋਈ ਆਉਂਦਾ ਦੇਖਣ। ਹਾਂ ਹਾਂ ਜੀ ਹਾਂ ਜੀ, ਠੀਕ ਹੈ। ਬਾਕੀ ਆਇਆ ਜੀ, ਸਾਹਿਤ ਅਸੀਂ ਕਿੱਥੋਂ ਪੜ੍ਹ ਲਾਂਗੇ, ਸਾਡੀ ਤਾਂ ਆਪਦੀ ਸਿਹਤ ਨਹੀਂ ਇਜਾਜ਼ਤ ਦਿੰਦੀ ਜੀ, ਸਿਹਤ ਹੀ ਬਹੁਤ ਖਰਾਬ ਕਰਤੀ ਸਰਕਾਰਾਂ ਨੇ ਜੀ। ਠੀਕ ਹੈ ਜੀ, ਤੇ ਮਤਲਬ ਦਾਰੂ ਬਾਰੇ ਕੀ ਤੁਹਾਡੇ? ਇਹ ਦਾਰੂ ਨਹੀਂ ਕੀਤੀ ਹੈ ਜੀ, ਦਾਰੂ ਨਹੀਂ, ਮਤਲਬ ਮੈਂ ਇਹ ਕਹਿੰਦਾ ਵੀ ਦਾਰੂ ਬੰਦ ਕਰਨੀ ਚਾਹੀਦੀ ਹੈ, ਵੋਟਾਂ ਦੇ ਵਿੱਚ ਵੀ ਪਿਆਉਣੀ ਨਹੀਂ ਚਾਹੀਦੀ, ਮਤਲਬ ਨਹੀਂ ਹੋਰ ਜੀ ਫਿਰ ਕੀ ਕਹਿਣਾ ਚਾਹੁੰਦੇ? ਅਸੀਂ ਕਹਿੰਦੇ ਵਧੀਆ ਪੜਾਓ, ਬੰਦ ਕਿਉਂ ਕਰਨੀ? ਵਧੀਆ ਨਹੀਂ ਨਹੀਂ, ਵਧੀਆ ਪੜਾਓ ਜੀ ਸਾਨੂੰ। ਹਾਂ, ਹੁਣ ਦੇਖੋ ਸਾਨੂੰ ਦੇ ਦਿੰਦੇ ਆ ਜਿਹੜੀ ਉਹੀ ਪੀਣੀ ਚਾਹੀਦੀ, ਉਹੀ ਪੀਣੀ ਪੈ ਜਾਂਦੀ ਹੈ ਜੀ। ਹਾਂ ਜੀ, ਵਧੀਆ ਦਾਰੂ ਪੜਾਓ, ਬੰਦ ਕਿਉਂ? ਮਤਲਬ ਇਹ ਕਹਿੰਦੇ ਵੀ ਸੰਤਰਾ ਜਿਹੜੀ ਜੁਗਨੀ ਆ ਉਹ ਨਹੀਂ ਚਾਹੀਦੀ, ਇਹ ਮਤਲਬ ਤੁਹਾਡਾ ਸੁਨੇਹਾ ਜਿਹੜਾ ਸਰਕਾਰਾਂ ਨੂੰ? ਹਾਂ ਜੀ ਹਾਂ ਜੀ, ਅੰਗਰੇਜ਼ੀ ਪਿਆਓ ਕਹਿੰਦੇ। ਲੋਕਾਂ ਨੂੰ ਸਮਝਾਇਆ ਨਹੀਂ ਜਾ ਸਕਦਾ, ਇਹਨਾਂ ਲੋਕਾਂ ਨੂੰ ਸਮਝਾਉਣਾ ਜਿਵੇਂ ਡੈਨ ਬਲਜੇਰੀਆ ਨੂੰ ਕਿਸੇ ਤੀਰਥ ਯਾਤਰਾ ਤੇ ਭੇਜਣ ਦੇ ਬਰਾਬਰ ਹੈ ਜੀ। ਮੈਂ ਤੁਹਾਨੂੰ ਇੱਕ ਹੋਰ ਸਵਾਲ ਪੁੱਛਣਾ ਚਾਹੁੰਦਾ ਜੀ, ਮਤਲਬ ਮੈਂ ਇਹ ਪੁੱਛਣਾ ਚਾਹੁੰਦਾ ਵੀ ਲੁੱਟ ਸਭ ਤੋਂ ਵੱਧ ਕਿਹੜੇ ਮਹਿਕਮੇ 'ਚ ਹੁੰਦੀ ਹੈ ਤੁਹਾਡੇ ਹਿਸਾਬ ਨਾਲ? ਲੁੱਟ ਜੀ ਹੈ ਮਹਿਕਮਾ? ਹਾਂ ਜੀ, ਲੁੱਟ ਜੀ ਮੈਨੂੰ ਲੱਗਦਾ ਸਭ ਤੋਂ ਵੱਧ ਹਾਤੇ ਤੇ ਹੁੰਦੀ ਹੈ। ਵੀ ਹਾਤੇ ਤੇ ਕਿਉਂ ਹੁੰਦੀ ਹੈ? ਦੇਖੋ ਜੀ, ਖਾਲੀ ਗਲਾਸ ਵੀ 5 ਰੁਪਈਆਂ ਦਾ। ਦੱਸੋ ਜੀ, ਮੈਂ ਕਹਿੰਦਾ ਜੀ ਤੁਸੀਂ ਐਂ ਕਰੋ, ਤੁਸੀਂ ਦਾਰੂ ਚੋਂ ਨਿਕਲੋ, ਤੁਸੀਂ ਮੈਨੂੰ ਇਹ ਦੱਸੋ ਵੀ ਵੋਟਾਂ 'ਚ ਜਿੱਤੂਗਾ ਕੌਣ ਤੁਹਾਡੇ ਏਰੀਏ 'ਚੋਂ? ਤੁਸੀਂ ਦਾਰੂ ਤੋਂ ਮਾੜਾ ਜਿਹਾ ਇੱਧਰ ਹੋ ਕੇ ਪੰਜਾਬ ਦੀ ਗੱਲ ਕਰੋ। ਵੋਟਾਂ 'ਚ ਜੀ ਆਪਣੇ ਹੁਣ ਜਿਹੜੀ ਤਾਂ ਕੱਲ ਦੀ ਖਬਰ ਹੈ, ਹਾਂ ਜੀ, ਜਿਵੇਂ ਦੱਸਦੇ ਨੇ, ਹਾਂ ਜੀ, ਉਹ ਤਾਂ ਜੀ ਵੀ ਭਗਵੰਤ ਬਾਈ, ਹਾਂ ਜੀ, ਬਹੁਤ ਇਕੱਠ ਹੈ ਜੀ। ਹਾਂ ਜੀ, ਮਤਲਬ ਇੰਨਾ ਇਕੱਠ ਹੈ, ਸ਼ਹਿਰ ਜਾਮ ਹੋ ਗਏ ਜੀ। ਹਾਂ ਜੀ, ਅੱਜ ਦੀ ਰਿਪੋਰਟ ਤਾਂ ਇਹ ਹੈ ਵੀ ਭਗਵੰਤ ਬਾਈ ਜਿੱਤੂਗਾ। ਠੀਕ ਹੈ ਜੀ। ਹਾਂ ਜੀ, ਤੇ ਨਾਲ ਹੀ ਇਹ ਵੀ ਗੱਲ ਹੈ ਜੀ, ਤੁਹਾਡੇ ਹਿਸਾਬ ਨਾਲ ਭਗਵੰਤ ਮਾਨ ਜਿੱਤ ਰਿਹਾ? ਹਾਂ ਜੀ। ਅੱਛਾ ਜੀ, ਪਰ ਗੱਲ ਇਹ ਵੀ ਕੇਵਲ ਢਿੱਲੋਂ ਦਾ ਵੀ ਕੱਲ ਆਪਣਾ ਰੋਡ ਸ਼ੋਅ ਹੋਇਆ ਜੀ, ਕੇਵਲ ਉਹ ਵੀ ਬਹੁਤ ਨੱਕੋ ਨੱਕ ਭਰਿਆ ਪਿਆ। ਅੱਛਾ ਜੀ, ਮਤਲਬ ਉਹ ਵੀ ਸੜਕਾਂ ਜਾਮ ਹੀ, ਮੰਨੂ ਮਤਲਬ ਉਹ ਵੀ ਜਿੱਤੂ? ਉਹ ਵੀ ਜਿੱਤਦਾ ਜੀ। ਠੀਕ ਹੈ ਜੀ, ਤੇ ਤੀਜੇ ਆ ਗਏ ਆਪਣੇ ਢਿੰਡਸਾ ਸਾਹਿਬ ਜੀ। ਹਾਂ ਜੀ, ਉਹ ਹੁਣ ਮੈਨੂੰ ਲੱਗਦਾ ਵੀ ਕੱਲ ਉਹਨਾਂ ਦਾ ਵੀ ਸੰਗਰੂਰ ਰੋਡ ਸ਼ੋਅ ਸੀ, ਉਹ ਵੀ ਫੁੱਲ ਹੀ ਹੈ ਜੀ। ਹਾਂ ਜੀ, ਉਹ ਵੀ ਜਿੱਤਦੇ ਨੇ ਜੀ। ਅੱਛਾ ਜੀ, ਮੇਰੇ ਹਿਸਾਬ ਨਾਲ ਤਾਂ ਇਹ ਤਿੰਨੇ ਜਿੱਤ ਜਾਣਗੇ। ਇਹ ਦੱਸੋ ਜੀ, ਦੱਸ ਮੈਂ ਕਹਿੰਦਾ ਵੀ ਤਿੰਨੇ ਕਿਵੇਂ ਜਿੱਤ ਜਾਣਗੇ? ਤੇ ਇੱਕ ਜਿਹੜਾ ਚੌਥਾ ਜੀ ਆਪਣਾ ਜੱਸੀ ਜਸਰਾਜ ਜੀ, ਹਾਂ ਜੀ, ਉਹ ਮੈਨੂੰ ਲੱਗਦਾ ਜੀ ਮੰਜੇ ਦਾ ਪਾਵਾ ਕੱਢ ਕੇ ਗਲਤੀ ਕਰਤੀ ਉਹਨਾਂ ਨੇ, ਘਰ ਦੇ ਵੀ ਪੈਣੇ ਔਖੇ ਕਰਤੇ, ਉਹ ਨਹੀਂ ਜਿੱਤਦੇ ਜੀ। ਅੱਛਾ
ਬਹੁਤ ਵਧੀਆ ਸੂਬਾ ਤੇ ਬਹੁਤ ਮਿਹਨਤੀ ਲੋਕ ਆ, ਕਿਉਂ ਜੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ? ਹਾਂ ਜੀ, ਸਬਸਿਡੀਆਂ ਪੰਜਾਬ ਚ ਬਥੇਰੀਆਂ ਨੇ ਜੀ। ਕਾਹਦੇ ਤੇ ਸਬਸਿਡੀ ਮਤਲਬ ਤੁਹਾਨੂੰ ਮਿਲਣੀ, ਤੁਸੀਂ ਕੀ ਚਾਹੁੰਦੇ ਹੋ? ਅਸੀਂ ਸਬਜ਼ੀ ਜੀ, ਕਾਹਦੀ ਕਾਹਦੀ ਸਬਜ਼ੀ? ਨਹੀਂ ਸਬਜ਼ੀ ਕੋਈ ਵੀ, ਕਿਹੜੀ ਸਬਜ਼ੀ ਤੇ ਸਬਸਿਡੀ ਮਿਲਣੀ ਚਾਹੀਦੀ ਹੈ? ਨਹੀਂ ਸਬਸਿਡੀ ਨਹੀਂ ਜੀ, ਮੈਂ ਕਿਹਾ ਸਬਜ਼ੀ ਕੋਈ ਵੀ ਹੈਗੀ ਲਿਓ ਪੇਕ ਦਾ ਟਾਈਮ। ਅੱਛਾ, ਇਹਨੂੰ ਇਹ ਬੰਦੇ ਜੀ ਪਿੰਡਾਂ ਵਾਲਾ ਤੇ ਇਹ ਲਾ ਲਓ ਜੀ, ਦਾਰੂ ਤੋਂ ਬਾਹਰ ਨਹੀਂ ਆ ਸਕਦੇ। ਨਹੀਂ ਇਹ ਐਂ ਪੰਜਾਬ ਦੇਖੋ ਜੀ, ਮਿਹਨਤੀ ਹੈ। ਹਾਂ ਜੀ, ਕਿਰਤੀ ਕਾਮੇ ਲੋਕ ਨੇ ਉਰੇ। ਹਾਂਜੀ, ਮਤਲਬ ਇੰਨੀ ਹੱਡ ਤੋੜ ਮਿਹਨਤ ਕਰਦੇ ਆ। ਹੁਣ ਦੇਖੋ ਤੁਸੀਂ, ਮਹੀਨਾ ਹੋ ਗਿਆ ਬੂਟਾਂ ਚੱਲ, ਹਾਂਜੀ, ਇੰਨੀ ਦਾਰੂ ਢੋਲੀ ਹੋਣੀ ਆ, 6 ਮਹੀਨੇ ਘਰੇ ਬਹਿ ਕੇ ਪੀ ਸਕਦੇ ਨੇ। ਮੈਨੂੰ ਲੱਗਦਾ ਵੀ ਕਈ ਗਵਾ ਜਾਂਦੇ, ਕਹਿੰਦੇ ਬੂਟਾਂ ਤੋਂ ਬਾਅਦ ਲੱਭਦੇ ਨੀ ਮਹੀਨਾ ਮਹੀਨਾ। ਹਾਂਜੀ, ਸਾਡੇ ਪਿੰਡ, ਖੁਦ ਮੇਰੇ ਪਿੰਡ ਮੈਕਸੀਕੋ ਚ ਹਰੇਕ ਸਾਲ 2 ਬੂਟਾਂ ਟੁੱਟਦੀਆਂ ਨੇ, ਉਹ ਘਟਦੀਆਂ ਇਸ ਕਰਕੇ ਨੇ ਵੀ ਬੂਟਾਂ ਤੋਂ ਬਾਅਦ ਲੱਭਦੀ ਨੀ ਫ੍ਰੀ ਦੀ ਦਾਰੂ। ਬਹੁਤ ਮਿਹਨਤੀ ਪੰਜਾਬ ਹੈ, ਬਹੁਤ ਮਿਹਨਤ। ਸੋ ਇਹ ਤਾਂ ਸੀਗੀ ਹਾਸੇ ਦੀ ਹਾਸੇ ਨਾਲ ਗੱਲ। ਬਾਕੀ ਭਾਈ ਸਾਰੇ ਹਲਕਿਆਂ ਦਾ, ਸਾਰੇ ਲੋਕਾਂ ਨੂੰ ਜ਼ਿਆਦਾ ਪਤਾ ਹੈਗਾ, ਲੋਕ ਬਹੁਤ ਸਮਝਦਾਰ ਨੇ, ਵਧੀਆ ਲੀਡਰ ਚੁਣੇ ਹੋ ਜਿਹੜੇ ਪੰਜਾਬ ਦੀ ਤਰੱਕੀ 'ਚ ਹਿੱਸਾ ਪਾਉਣ ਉਹਦਾ, ਲੋਕ ਹੱਸਦੇ ਵੱਸਦੇ ਰਹਿਣ। ਘਰੋਂ ਨਿਕਲ ਕੇ ਵੋਟ ਪਾ ਕੇ ਆਇਓ ਸਾਰੇ, ਵੋਟਾਂ ਜ਼ਰੂਰ ਪਾਇਓ, ਅਤੇ ਪੰਜਾਬ ਚੜ੍ਹਦੀ ਕਲਾ 'ਚ ਹੀ ਆ, ਚੜ੍ਹਦੀ ਕਲਾ 'ਚ ਹੀ ਰਹੂਗਾ, ਲੀਡਰ ਆਉਂਦੇ ਜਾਂਦੇ ਰਹਿਣੇ ਆ, ਨਗਾਰੇ ਵੱਜਦੇ ਰਹਿਣੇ ਆ, ਪੰਜਾਬ ਚੇਲੇ ਉਹ ਇੱਥੇ ਹੀ ਰਹਿਣਾ ਹੈ। ਅਤੇ ਐਂਡ 'ਤੇ ਸਾਡੇ ਸਾਰੇ ਫੇਵਰੇਟ ਲੀਡਰਾਂ ਨੂੰ ਅੰਨੇ ਬਾਲ ਲਾਭ ਬਾਈ, ਸਾਰੇ ਲੋਕਾਂ ਨੂੰ ਅੰਨੇ ਬਾਲ ਲਾਭ। ਇਹ ਸੀ ਸਾਡੇ ਵਾਲੇ ਮੂਲੇ, ਜੇ ਮਤਲਬ ਸਦੀਕ ਸਾਹਿਬ ਜਿੱਤ ਗਏ ਉਹ ਕੀ ਕਹਿਣਗੇ? ਉਹਨਾਂ ਨੇ ਬਸ ਇੱਕੋ ਹੀ ਗੱਲ ਕਹਿਣੀ ਹੈ, ਕੋਈ ਦਾਰੂ ਨਹੀਂ ਬੰਨੀ, ਕੁਛ ਨਹੀਂ ਬੰਨਿਆ, ਆ ਜਿੱਤ ਗਏ, ਹਾਂ ਫੇਰ ਖੜੇ ਖਾੜੇ ਲਾਵਾਂਗੇ, ਪੰਜਾਬ ਤਰੱਕੀ ਕਰੂਗਾ। ਓਕੇ ਜੀ, ਸਤਿ ਸ਼੍ਰੀ ਅਕਾਲ।